ਮੋਰਬੀ ਦੀ ਤਾਂ ਮੇਰੀ ਇੱਕ ਨਿਊਜ਼ ਇੱਕ ਸੀਗੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਸਪੀਡ ਦੇ ਆਫਿਸ ਇੱਦਾਂ ਇੱਦਾਂ ਦਿਸ ਐਂਡ ਦੈਟ। ਉਹ ਉਸ ਵੇਲੇ ਤੱਕ ਨਾ ਤਾਂ ਸਪੀਡ ਰੈਕਰ ਦੇ ਆਫਿਸ ਗਈ ਸੀ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ ਬੰਟੀ ਬੈਂਸ, ਉਹ ਰਾਈਟਰ ਜਿਨ੍ਹਾਂ ਨੇ ਆਪਣੀ ਕਲਮ ਦੇ ਜ਼ਰੀਏ ਅਨੇਕਾਂ ਹਿੱਟ ਗਾਣੇ ਦਿੱਤੇ ਅਤੇ ਇਹਨਾਂ ਦੀ ਕਲਮ ਦੇ ਜ਼ਰੀਏ ਕਾਫੀ ਕਲਾਕਾਰ ਹਿੱਟ ਵੀ ਹੋਏ। ਉਹ ਭਾਵੇਂ ਜੈਨੀ ਜੌਲ ਹੋਵੇ ਜਾਂ ਹੋਵੇ ਜੌਰਡਨ ਸੰਧੂ ਜਾਂ ਫਿਰ ਹੋਵੇ ਕੌਰਬੀ, ਜਿਨ੍ਹਾਂ ਕਲਾਕਾਰਾਂ ਨੇ ਵੀ ਬੰਟੀ ਬੈਂਸ ਦੇ ਲਿਖੇ ਹੋਏ ਗਾਣੇ ਗਾਏ ਨੇ, ਉਹ ਗਾਣੇ ਹਮੇਸ਼ਾ ਹੀ ਹੋਏ ਨੇ ਸੁਪਰ ਹਿੱਟ। ਜਿੱਥੇ ਬੰਟੀ ਬੈਂਸ ਨੇ ਕੌਰਬੀ ਨੂੰ ਕਈ ਹਿੱਟ ਗਾਣੇ ਦਿੱਤੇ ਨੇ ਅਤੇ ਉੱਥੇ ਕੌਰਬੀ ਨੂੰ ਲੈ ਕੇ ਬੰਟੀ ਬੈਂਸ ਨਾਲ ਕੌਂਟਰਵਰਸੀ ਵੀ ਕਾਫੀ ਜ਼ਿਆਦਾ ਹੋਈ ਸੀ ਅਤੇ ਸੋਸ਼ਲ ਮੀਡੀਆ 'ਤੇ ਇੱਕ ਫੇਕ ਨਿਊਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ, ਜਿਸ ਵਿੱਚ ਕੌਰਬੀ ਅਤੇ ਬੰਟੀ ਬੈਂਸ ਦੇ ਰਿਸ਼ਤੇ ਨੂੰ ਲੈ ਕੇ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉੱਥੇ ਇਹ ਨਿਊਜ਼ ਨੂੰ ਲੈ ਕੇ ਪਹਿਲੀ ਵਾਰ ਬੋਲੇ ਨੇ ਬੰਟੀ ਬੈਂਸ ਕੌਰਬੀ ਦੇ ਬਾਰੇ ਅਤੇ ਉਹਨਾਂ ਨੇ ਵੀਡੀਓ ਦੇ ਵਿੱਚ ਕੀ ਖੁਲਾਸੇ ਕੀਤੇ, ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕੋਨ 'ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ। ਕੌਰਬੀ ਦੀ ਤਾਂ ਮੇਰੀ ਇੱਕ ਨਿਊਜ਼ ਇੱਕ ਸੀਗੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਉਹ ਬਿਲਕੁਲ ਗਲਤ ਸੀ, ਬਿਲਕੁਲ ਫੇਕ ਸੀ ਕਿ ਸਪੀਡ ਦੇ ਆਫਿਸ ਇੱਦਾਂ ਇੱਦਾਂ ਦਿਸ ਐਂਡ ਦੈਟ। ਉਹ ਉਸ ਵੇਲੇ ਤੱਕ ਨਾ ਤਾਂ ਸਪੀਡ ਰੈਕਰ ਦੇ ਆਫਿਸ ਗਈ ਸੀ ਅਤੇ ਉਹ ਬਿਲਕੁਲ ਬਣਾ ਕੇ ਕਿਸੇ ਨੇ ਉੱਦਾਂ ਦੀ ਛਾਪ ਕੇ ਜਿਵੇਂ ਦੀ ਨਿਊਜ਼ਪੇਪਰ ਦੀ ਹੁੰਦੀ ਹੈ ਕਟਿੰਗ ਕਰਕੇ ਉਹ ਵਾਇਰਲ ਕਰਤੀ ਸੀ। ਉਹ ਹਾਂ, ਉਹ ਉਸ ਚੀਜ਼ ਦਾ ਮੈਨੂੰ ਪਤਾ ਵੀ ਲੱਗਿਆ ਸਾਰਾ, ਤੁਹਾਨੂੰ ਚੈਨ ਨਹੀਂ ਆਉਂਦਾ ਨਾ ਓਬਵੀਅਸਲੀ, ਬੰਦਾ ਤਹਿ ਤੱਕ ਜਾਂਦਾ ਹੈ ਅਤੇ ਉਸ ਚੀਜ਼ ਦਾ ਪਤਾ ਵੀ ਕੀਤਾ ਵੀ ਕਿੱਥੋਂ ਕਿਵੇਂ ਕਿਹਨੇ ਇਹ ਚੀਜ਼ ਕਿਉਂ ਕੀਤੀ ਸੀ ਪਤਾ ਵੀ ਲੱਗ ਗਿਆ ਹੈ ਨਾ। ਅਤੇ ਉਹ ਮੈਂ ਉਹ ਬੰਦੇ ਨੂੰ ਦੱਸ ਵੀ ਦਿੱਤਾ ਵੀ ਆਹ ਪਰੂਫ ਨੇ ਅਤੇ ਇਹ ਚੀਜ਼ ਆ ਜਿਹੜੀ ਇਹ ਤੂੰ ਕੀਤੀ ਆ, ਪਰ ਮੈਨੂੰ ਪਤਾ ਲੱਗ ਗਿਆ ਤੂੰ ਆਪਣੇ ਮੂੰਹੋਂ ਕਹਿ ਦੇ ਕਿ ਮੈਂ ਕੀਤੀ ਆ ਅਤੇ ਇਹ ਸੋਕੇ ਹੋਊਗਾ। ਅਤੇ ਉਹ ਬੰਦਾ ਫਿਰ ਵੀ ਨਹੀਂ ਮੰਨਿਆ, ਕਹਿੰਦਾ ਮੈਂ ਇੱਦਾਂ ਦਾ ਕੰਮ ਤਾਂ ਕਰ ਹੀ ਨਹੀਂ ਸਕਦਾ। ਅਤੇ ਉਹਦੇ ਤੋਂ ਬਾਅਦ ਚਲੋ ਠੀਕ ਹੈ, ਮੈਨੂੰ ਤਾਂ ਪਤਾ ਸੀਗਾ, ਮੈਂ ਚਲੋ ਠੀਕ ਹੈ ਇਟਸ ਓਕੇ ਤੁਹਾਨੂੰ ਪਤਾ। ਪਰ ਉਹ ਬੰਦੇ ਲਈ ਵੀ ਮੈਂ ਆਪਣੇ ਦਿਲ 'ਚ ਕੋਈ ਕਿਸੇ ਤਰ੍ਹਾਂ ਦੀ ਖਾਰ, ਕੋਈ ਕਿਸੇ ਤਰ੍ਹਾਂ ਦੀ ਦੁਸ਼ਮਣੀ ਆਪਣੇ ਮਨ 'ਚ ਕੁਛ ਨਹੀਂ, ਕੋਈ ਖੋਟ ਨਹੀਂ ਰੱਖੀ।